ਔਰ ਸਲਾਮੁ ਅਲੈਕੁਮ ਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਰੋ ਉੱਚੀ ਕਬੜਾ ਥੋੜਾ ਜਾ ਸਾਡੀ ਵੀਡੀਓ ਨੂੰ ਲਾਈਕ ਕਰ ਦੋ ਓਕੇ ਕਰ ਦੋ। ਅਸਲਾਮ ਅਲੈਕੁਮ ਖਵਾਤੀਨੋ ਹਜ਼ਰਾਤ, ਵੈਲਕਮ ਟੂ ਮਾਈ ਨਿਊ ਵਲੌਗ। ਗੁੱਡ ਮਾਰਨਿੰਗ ਐਂਡ ਸਾਥ ਹੀ ਗੁੱਡ ਆਫਟਰਨੂਨ। ਅਭੀ ਭਾਈ ਸਾਹਿਬ ਟਾਈਮ ਹੋ ਚੁੱਕਾ ਹੈ ਤਕਰੀਬਨ 12:10, ਆਪਕਾ ਭਾਈ ਅਭੀ ਵਲੌਗ ਐਡਿਟ ਕਰਕੇ ਉੱਠ ਚੁੱਕਾ ਹੈ, ਠੀਕ ਹੈ। ਚਾਰਾ ਸ਼ਾਰਾ ਵੀ ਲਿਆ ਔਰ ਇਨਕੋ ਵੀ ਦਾਣਾ ਵਗੈਰਾ ਡਾਲ ਦਿਆ ਭਾਈ। ਇਹ ਸਭ ਨਾ ਕੱਲ ਆਪਕੋ ਪਤਾ ਕਿ ਬਾਰਿਸ਼ ਹੋਈ ਯਾਰ, ਸਭ ਇਹ ਢੀਲੇ ਥੇ, ਪਰ ਸਭ ਕੁਛ ਛੋੜ ਗਏ ਹੋਏ ਥੇ। ਤੋ ਆਜ ਇਨਕੋ ਧੂਪ ਮੇਂ ਛੋੜਾ ਨਾ, ਤੋ ਅਭੀ ਮਾਸ਼ਾਅੱਲਾ ਸਭ ਕੇ ਸਭ ਤੰਦਰੁਸਤ ਹੈ। ਦੋ ਤੋ ਇਨਮੇਂ ਸੇ ਬਿਲਕੁਲ ਐਸੇ ਥੇ ਜੈਸੇ ਹੁਣ ਵੀ ਗਏ ਤੇ ਹੁਣ ਵੀ ਗਏ। ਇਸਮੇਂ ਸੇ ਮੈਨੇ ਚੂਜ਼ੇ ਨਿਕਾਲ ਕੇ ਬਾਹਰ ਛੋੜ ਦੀਏ, ਕਿਉਂਕਿ ਉਨਕੋ ਨਾ ਜਵੀ ਪੜ ਗਈ ਥੀ। ਜਵੀ ਹੋਤੀ ਹੈ ਛੋਟੇ ਛੋਟੇ ਦਾਣੇ ਜੋ ਉਨਕਾ ਨਾ ਖੂਨ ਚੂਸਤੀ ਰਹਿਤੀ ਹੈ, ਤੋ ਫਿਰ ਵੋ ਕਮਜ਼ੋਰੀ ਕੀ ਅਲਾਮਤ ਹੋਣਾ ਸ਼ੁਰੂ ਹੋ ਜਾਤੀ ਹੈ, ਕਮਜ਼ੋਰ ਹੋਣਾ ਸ਼ੁਰੂ ਹੋ ਜਾਤੇ ਜਾਨਵਰ। ਤੋ ਆਜ ਉਨਕੋ ਮੈਨੇ ਦੋਨੋਂ ਕੋ ਨੀਚੇ ਛੋੜ ਦਿਆ। ਉਨਕੇ ਲਈ ਵੈਕਸ ਪਾਊਡਰ ਲੈ ਕੇ ਆਇਆ ਥਾ, ਜਿਸਸੇ ਜਵੀ ਵਗੈਰਾ ਵੀ, ਜੈਸੇ ਇਨਸਾਨੋ ਕੇ ਸਰ ਮੇਂ ਜੂਆਂ, ਬੰਦਿਆਂ ਦੇ ਸਿਰਾਂ ਵਿੱਚ, ਬੁੱਢੀਆਂ ਦੇ ਸਿਰਾਂ ਵਿੱਚ ਜੂਆਂ ਸ਼ੂਆਂ ਹੁੰਦੀਆਂ ਨਾ, ਉਸੇ ਤਰ੍ਹਾਂ ਹੀ ਉਹਨਾਂ ਦੇ ਜਵੀ ਪੈਂਦੀ ਹੈ। ਇਹ ਵੀ ਇੱਕ ਬਿਮਾਰੀ ਹੁੰਦੀ ਹੈ, ਤੇ ਆਪਾਂ ਉਹਨਾਂ ਨੂੰ ਬਾਹਰ ਛੱਡ ਦਿੱਤਾ, ਵੈਕਸ ਪਾਊਡਰ ਲਾ ਕੇ ਇਨਸ਼ਾਅੱਲਾ ਸੈੱਟ ਹੋ ਜਾਣਗੇ। ਹੁਣ ਆਪਾਂ ਉਹਨਾਂ ਨੂੰ ਉੱਤੇ ਉਦਣ ਹੀ ਲੈ ਕੇ ਆਣਾ ਜਿੱਦਣ ਇਹ ਸਾਰਾ ਕੁਝ ਸ਼ਹੀਦ ਕਰਕੇ ਇਹਦੀ ਜਗ੍ਹਾ ਦੋ ਖੁੱਡੇ ਬਣਾ ਕੇ ਨਾ ਸੈਟਅਪ ਚੇਂਜ ਕਰ ਦੇਣਾ, ਠੀਕ ਹੈ। ਇਹਨੇ ਬਾਬਾ ਜੀ ਫਿਰ ਆਪਣਾ ਸਿਰ ਜਿਹੜਾ ਨਾ ਉੱਤੋਂ ਨੰਗਾ ਕਰਕੇ ਨਾ ਉਹ ਚੈੱਕ ਕਰੋ ਕਿ ਖੂਨ ਛੂਨ ਵਗਾਇਆ ਦਾ ਸੀ, ਤੇ ਮੈਂ ਨਹੀਂ ਇਹਦੇ 'ਤੇ ਕੁਛ ਵੀ ਲਾਇਆ, ਕਿਉਂਕਿ ਇਹਨੇ ਆਪਣਾ ਰੋਜ਼ ਦਾ ਟੀਚਾ ਫੜ ਲਿਆ ਦਾ ਕਿ ਆਪਣਾ ਸਿਰ ਗੰਦਾ ਕਰਕੇ ਨਾ ਖੂਨ ਵਗਾ ਕੇ ਤੇ ਬਹਿ ਜਾਂਦਾ। ਮੈਂ ਕੁਛ ਨਹੀਂ। ਸੁਬਹਾ ਕਾ ਭਾਈ ਸਾਹਿਬ, ਕੱਲ ਕਾ ਨੈੱਟ ਇਤਨਾ ਤੰਗ ਕਰ ਰਿਹਾ, ਇਤਨਾ ਤੰਗ ਕਰ ਰਿਹਾ ਕਿ ਮੈਂ ਕਿਆ ਬਤਾਊ। ਵਲੌਗ ਮੈਨੇ ਕੱਲ ਅਪਲੋਡ ਨਹੀਂ ਕਰ ਪਾਇਆ, ਸਿਰਫ ਇਸ ਇੰਟਰਨੈਟ ਕੀ ਵਜ੍ਹਾ ਸੇ, ਇੰਟਰਨੈਟ ਨਹੀਂ ਥਾ ਤੋ ਜਿਸ ਵਜ੍ਹਾ ਸੇ ਮੈਂ ਵਲੌਗ ਅਪਲੋਡ ਨਹੀਂ ਕਰ ਪਾਇਆ। ਤੋ ਆਜ ਇਸਕੋ ਮੈਂ ਅਭੀ ਵੀ ਚੱਲ ਨਹੀਂ ਥਾ ਰਹਾ, ਮੈਂ ਵਲੌਗ ਕੇ ਲਈ ਨਾ ਮਿਊਜ਼ਿਕ ਡਾਊਨਲੋਡ ਕਰਨੇ ਲਗਾ ਥਾ, ਨਹੀਂ ਥਾ ਚੱਲ ਰਹਾ। ਤੋ ਅਭੀ ਮੈਂ ਸੋਚ ਰਹਾ ਹੂੰ ਕਿ ਇਸਕੋ ਰੀਸਟਾਰਟ ਕਰਤੇ ਨਾ, ਰੀਸਟਾਰਟ ਕਰਕੇ ਤੋ ਫਿਰ ਸ਼ਾਇਦ ਅੱਛੇ ਸੇ ਚੱਲ ਜਾਏ। ਤੋ ਅਭੀ ਚਾਰਜ ਨਿਕਾਲਤੇ ਔਰ ਉੱਪਰ ਸੇ ਹੋ ਗਿਆ ਨਾ ਬੰਦ, ਅਭੀ ਲਗਾਤੇ ਆ ਤੋ ਫਿਰ ਹੋ ਜਾਏਗਾ ਆਨ, ਠੀਕ ਹੈ। ਅਭੀ ਇਹ ਆਨ ਹੋ ਚੁੱਕਾ, ਅਭੀ ਦੇਖਤੇ ਆ ਕਿ ਚਲਤਾ ਹੈ। ਤੋ ਫਿਰ ਤੋ ਵਲੌਗ ਅਪਲੋਡ ਕਰ ਦੇਗੇ ਆਪਣਾ 3 ਵਜੇ, ਕਿਉਂਕਿ ਆਪਣੀ ਰੂਟੀਨ ਖਰਾਬ ਨਹੀਂ ਕਰਨੀ ਯਾਰ। ਤੋ ਆਪ ਵੀ ਬਸ ਆਪਣੇ ਭਾਈ ਕੋ ਪਿਆਰ ਦਿਖਾਏ, ਚੈਨਲ ਕੋ ਸਬਸਕ੍ਰਾਈਬ ਕਰੇ ਔਰ ਕਮੈਂਟ ਮੇਂ ਡਲ ਲਿਖ ਦਿਆ ਕਰੇ, ਵੀਡੀਓ ਕੋ ਲਾਈਕ ਕਰਕੇ। ਆਪ ਸਭ ਕੇ ਪਿਆਰ ਕੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ। ਤੋ ਹਮ ਇਨਸ਼ਾਅੱਲਾ ਇਹ ਹਮਾਰਾ ਬਸ ਰੂਟੀਨ ਵਾਈਜ਼ ਕਾਮ ਸ਼ੁਰੂ ਹੋਣੇ ਵਾਲਾ ਕਿ ਭਾਈ ਸਭ ਕਾਮ ਸ਼ਾਮ ਹੈ ਨਾ ਗਾਉਂ ਮੇਂ, ਇਨਸ਼ਾਅੱਲਾ ਹਮ ਅੱਛੇ ਸੇ ਅੱਛੇ ਵਲੌਗ ਅਪਲੋਡ ਕੀਆ ਕਰੇਂਗੇ। ਆਪ ਸਭ ਕੀ ਫਰਮਾਈ। ਕੱਲ ਰਾਤ ਥੋੜੀ ਬਹੁਤ ਬਾਰਿਸ਼ ਹੋਈ ਥੀ, ਥੋੜੀ ਬਹੁਤੀ ਐਵੇਂ ਬੂੰਦਾ ਬਾਂਦੀ ਹੋਈ ਥੀ। ਤੋ ਅੱਜ ਮਾਸ਼ਾਅੱਲਾ ਨਾ ਧੂਪ ਛੂਪ ਨਿਕਲੀ ਹੈ, ਔਰ ਗੰਦਮ ਕਾ ਰੰਗ ਆਪ ਚੈੱਕ ਕਰ ਸਕਤੇ ਹੈਂ ਕੈਸੇ ਹੈ ਕਿ ਜੈਸੇ ਕਭੀ ਬਾਰਿਸ਼ ਹੋਈ ਨਹੀਂ ਹੈ। ਇਹ ਗੰਦਮ ਕੇ ਉੱਪਰ ਸੇ ਨਾ ਥੋੜੇ ਥੋੜੇ ਇਸਕੇ ਜੋ ਸਿੱਟੇ ਹੈ ਨਾ ਵੋ ਬਲੈਕ ਹੋਣਾ ਸ਼ੁਰੂ ਹੋ ਗਏ ਹੈ। ਇਹ ਬਾਰਿਸ਼ ਕੀ ਵਜ੍ਹਾ ਸੇ ਹੋਤਾ, ਪਾਣੀ ਕੀ ਵਜ੍ਹਾ ਸੇ, ਜਬ ਸਿੱਟੇ ਮੇਂ ਪਾਣੀ ਜਮਾ ਹੋਤਾ ਹੈ ਨਾ ਥੋੜਾ ਸਾ, ਫਿਰ ਵੋ ਅੰਦਰ ਸੇ ਗੰਦਮ ਵੀ ਕਾਲੀ ਹੋਣਾ ਸ਼ੁਰੂ ਹੋ ਜਾਤੀ ਹੈ। ਤੋ ਅੱਲਾ ਖੈਰ ਕਰੇ ਇਸਕੋ ਕੋਈ ਨੁਕਸਾਨ ਨਾ ਹੋ। ਤੋ ਬਾਕੀ ਉਧਰ ਕਟਾਈ ਹੋਈ ਥੀ ਵੋ ਬਾਰਿਸ਼ ਕੀ ਵਜ੍ਹਾ ਸੇ ਪਾਣੀ ਯਹਾਂ ਪੇ ਜਮਾ ਹੁਆ, ਤੋ ਫਿਰ ਉਹਨੇ ਖੋਲ ਕੇ ਨਾ ਭਰੀਆਂ ਵਗੈਰਾ ਤੋ ਰੱਖ ਦੀਆਂ ਕਿ ਸੂਕ ਜਾਏ, ਤੋ ਫਿਰ ਇਸਕੋ ਕੁਤਰੇਂਗੇ। ਤੋ ਆਜ ਇਨਸ਼ਾਅੱਲਾ ਹੋ ਸਕਤਾ ਹੈ ਕਿ ਹਮ ਵੀ ਕਟਾਈ ਕਰਨੇ ਕੇ ਲੀਏ ਜਾਏ। ਅਭੀ ਤੋ 12 ਹੋਏ ਹੈ ਲੇਕਿਨ ਜਾਏਂਗੇ ਤੋ ਫਿਰ 3-4 ਵਜੇ ਜਾਏਂਗੇ। ਤੋ ਅਭੀ ਦੇਖਤੇ ਹੈ ਕਿ ਕਿਆ ਸੀਨ ਬਣਤਾ, ਘਰ ਵਾਲੇ ਕਹਿਤੇ ਹੈ ਕਿ ਕਟਾਈ ਪੇ ਜਾਣਾ ਹੈ। ਬਾਬਾ ਜੀ ਸਾਡੇ ਖੱਤੇ ਸੀ ਜਿਹੜਾ ਨਾ ਉਹ ਸਟਾਲਾ ਗਿਆ ਤਾ ਮੁੱਕ, ਤੇ ਆਪਾਂ ਅੱਜ ਉੱਥੇ ਬੀਜਣੇ ਨੇ ਪੱਠੇ ਚਰੀ, ਜੋ ਕਿ ਅੱਗੋਂ ਆਉਣ ਵਾਲੇ ਵਕਤ ਦੇ ਵਿੱਚ ਡੰਗਰਾਂ ਨੂੰ ਪਾਣੀ ਹੈ, ਕਿਉਂਕਿ ਆਪਣਾ ਚਾਰਾ ਹੋਇਆ ਨਾ ਤੇ ਉਹਦੀ ਸਹੂਲਤ ਹੁੰਦੀ, ਅਸਰਾ ਮੁੱਲ ਲਿਆ ਨਹੀਂ ਜਾਂਦਾ। ਆਪਾਂ ਜਾ ਰਹੇ ਸਾਂ ਵਾਢੀ, ਬਸ 2 ਮਿੰਟ ਲੱਗਣੇ ਨੇ ਇੱਥੇ, ਵੋਇਸ ਹੋਈ ਕਰਾ ਕੇ ਨਾ ਤੇ ਚਰੀ ਬੀਜ ਦੇਣੀ ਹੈ। ਮੇਰੇ ਨਾਲ ਸਫੀਰ ਆ ਰਿਹਾ ਤੇ ਪਿੱਛੇ ਉਹ ਨਾਨਾ ਬੂ ਆ ਰਹੇ ਨੇ। ਜਲਦੀ ਨਾਲ ਆਪਾਂ ਚਰੀ ਬੀਜ ਕੇ ਨਾ ਤੇ ਵਾਢੀ ਕਰਨ ਜਾਣਾ ਹੈ, ਕਿਉਂਕਿ ਦਿਨ ਬਹੁਤ ਲੱਗ ਗਏ ਨੇ। ਸਾਡੇ ਪਿੰਡ ਵਾਢੀ ਹੋਈ ਹੈ ਸ਼ੁਰੂ, ਇੱਕ ਇਹ ਜੋੜੀ ਲੱਗੀ ਦੀ, ਇੱਕ ਉਹ ਉੱਥੇ ਲੱਗੀ ਦੀ ਆ, ਬਾਕੀ ਵਾਮ ਅੱਗੇ ਉਹ ਉੱਥੇ ਗਈ ਹੈ ਵਾਢੀ ਕਰਨ, ਤੇ ਆਪਾਂ ਵੀ ਅੱਜ ਵਾਢੀ ਕਰਨ ਜਾਣਾ।
ਠੀਕ ਹੈ, ਤੂੰ ਕੀ ਕਰਨਾ ਵਾ? ਕੱਟ ਲੈਣਾ ਵਾ? ਇਹ ਮੰਗਣ ਵਾਲਾ ਕੰਮ ਕਦੋਂ ਦਾ ਸ਼ੁਰੂ ਕੀਤਾ? ਕੀ ਹੈ ਪਿੱਛੇ? ਅੱਛਾ, ਚਰੀ ਦਾ ਵੀ ਮੰਗਣਾ ਉਹਨੇ, ਚਰੀ ਉਹਦਾ ਨਾਮ ਹੋਏ। ਲੋ ਜੀ, ਟਰੈਕਟਰ ਵਾਲਾ ਜੋ ਕਿ ਆ ਚੁੱਕਿਆ, ਤਾਂ ਉਹਨੇ ਮਾਸ਼ਾਅੱਲਾ ਸਾਡੀ ਪੈਲੀ ਸ਼ੈਲੀ ਜਿਹੜੀ ਆ ਨਾ ਵਾਹ ਦਿੱਤੀ ਆ। ਹੁਣ ਬਸ ਆਪਾਂ ਬੀਜ ਦੇਣਾ ਅਤੇ ਬੀਜ ਦੇ ਕੇ ਫਿਰ ਸੁਹਾਗਾ ਮਾਰ ਕੇ ਅਤੇ ਬੀਜ ਖਿਲਾਰ ਦੇਣਾ। ਆਪਾਂ ਪਹਿਲੇ ਇਹਦੇ ਵਿੱਚ ਤੁਹਾਨੂੰ ਤਾਂ ਪਹਿਲੇ ਵਿਖਾਇਆ ਸੀ, ਮੈਂ ਉੱਥੇ ਬੀਜ ਖਿਲਾਰ ਰਿਹਾ ਸੀ ਇਹ ਨਾਨੇ ਹੋਰ ਵਾਲੇ ਖਾਤੇ 'ਚ ਨਾ, ਇਹਨਾਂ ਦੇ ਖਾਤੇ 'ਚ ਪਹਿਲੇ ਬੀਜ ਖਿਲਾਰ ਰਿਹਾ ਸੀ, ਫਿਰ ਹੁਣ ਆਪਣੇ 'ਚ ਘੱਲ ਦਿੱਤਾ ਟਰੈਕਟਰ ਅਤੇ ਵਗ ਰਿਹਾ ਹੁਣ ਬਸ ਇਹਦੇ 'ਚ ਬੀਜ ਖਿਲਾਰ ਕੇ ਫਿਰ ਉਹਦੇ 'ਚ ਸੁਹਾਗਾ ਮਾਰ ਕੇ ਫਿਰ ਆਪਾਂ ਅਤੇ ਨਾਨਾ ਜਾਨ ਠੀਕ ਹੈ, ਇਹਨਾਂ ਦੀ ਵੱਖਰੀ ਪੈਲੀ ਹੈ, ਸਾਡੀ ਵੱਖਰੀ ਪੈਲੀ ਹੈ, ਕਿਉਂ ਇੰਝ ਗੱਲ ਹੈ ਨਾਨਾ ਜੀ? ਹਾਂਜੀ 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 ਹਾਂਜੀ, ਇਹ ਬਜ਼ੁਰਗ ਆਦਮੀ ਨੇ ਅਤੇ ਇਹਨਾਂ ਨੇ ਮੈਨੂੰ ਆਖਿਆ ਕਿ ਵੀ ਸਾਡਾ ਬੀਜ ਵੀ ਖਿਲਾ, ਅਤੇ ਇਹਨਾਂ ਦਾ ਹੁਕਮ ਮੰਨਣਾ ਸਾਡਾ ਫਰਜ਼ ਹੈ, ਠੀਕ ਹੈ, ਕਿਉਂਕਿ ਸਿਆਣੇ ਨੇ ਅਤੇ ਬੰਦੇ ਨੇ ਵਾਹ ਛੱਡੀ ਆ ਸਾਡੀ ਪੈਲੀ। ਲੋ ਜੀ, ਆਪਾਂ ਬੀਜ ਸੀ ਜਿਹੜਾ ਨਾ ਉਹ ਖਿਲਾਰ ਦਿੱਤਾ ਹੈ, ਹੁਣ ਬਸ ਜਿਹੜਾ ਟਰੈਕਟਰ ਵਾਹ ਰਿਹਾ ਇਹ ਬੀਜ ਮਿੱਟੀ 'ਚ ਲਾ ਕੇ ਤਾਂ ਹੁਣ ਆਪਾਂ ਨਿਕਲ ਚੱਲੇ ਹਾਂ ਅਤੇ ਨਾਨਾ ਹੋਣੀ ਸਾਡੇ ਨਾਲ ਬੈਠੇ ਦੇ ਨੇ ਵਿਹਲੇ ਹੋ ਗਏ। ਨਾਨਾ ਜੀ, ਤੁਸੀਂ ਨਾ ਕਹੋ ਕਿ ਨਾਜ਼ਰੀਨ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਹਾਂ, ਉੱਚੀ ਆਵਾਜ਼ 'ਚ ਜ਼ਰਾ ਕਹਿ ਦਿਓ, ਤੁਸੀਂ ਕਹਿਣਾ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਬਈ। ਹਾਂ, ਚੈਨਲ ਨੂੰ ਕਹਿ ਦਿਓ, ਚੈਨਲ ਨੂੰ ਜਾਂਚ ਹੀ ਦੱਸਣੀ ਆ ਨਾ। ਹਾਂ ਹਾਂ, ਕਹਿ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਬਸ। ਹਾਂ, ਕਰ ਦਿੱਤਾ ਨਾ, ਤੁਸੀਂ ਕਹੋ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ। ਸਬਸਕ੍ਰਾਈਬ ਕਰੋ ਕਰੋ, ਉੱਚੀ ਕਹੋ ਨਾ ਥੋੜਾ ਜਿਹਾ। ਸਬਸ ਉਹ ਤੇ ਸਮਝ ਆ ਜਾਂਦਾ ਯਾਰ, ਬੰਦਾ ਨਹੀਂ 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 ਨਹੀਂ, ਤੁਸੀਂ ਕਹਿਣਾ ਕਿ ਸਾਡੇ ਚੈਨਲ ਨੂੰ ਗੂਠਾ ਲਾ ਦੋ, ਸਾਡੇ ਚੈਨਲ ਨੂੰ ਗੂਠਾ ਲਾ ਦੋ, ਚੈਨਲ ਨੂੰ ਗੂਠਾ ਲਾ ਦੋ, ਘੰਟੀ ਵਜਾ ਦੋ। ਹਾਂ, ਘੰਟੀ ਵਜਾ ਦੋ। ਹਾਂ, ਸਾਡਾ ਡਰਾਈਵਰ ਹੱਸ ਰਿਹਾ, ਨਾਲ ਦੀ ਕਹੋ ਕਿ ਸਾਡੀ ਵੀਡੀਓ ਨੂੰ ਲਾਈਕ ਕਰ ਦੋ, ਸਾਡੀ ਵੀਡੀਓ ਨੂੰ ਲਾਈਕ ਕਰ ਦੋ, ਸਾਡੀ ਵੀਡੀਓ ਨੂੰ ਲਾਈਕ ਕਰ ਦੋ, ਲਾਈਕ ਹਾਂਜੀ ਕਰ ਦੋ, ਕਰ ਦੋ, ਕਮੈਂਟ ਕਰਕੇ ਓਕੇ ਕਰ ਦੋ, ਓਕੇ ਕਰ ਦੋ, ਕਮੈਂਟ ਕਰਕੇ। ਲੋ ਜੀ, ਸਾਡੇ ਨਾਨਾ ਜਾਨ ਨੇ ਕਿਹਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਰੋ ਤੇ ਕਮੈਂਟ ਕਰਕੇ ਓਕੇ ਕਰ ਦੋ, ਠੀਕ ਹੈ, ਛੇਤੀ ਕਰ ਦੋ। ਹੁਣ ਕਹਿ ਦੋ ਸਲਾਮ ਅਲੈਕਮ। ਔਰ ਸਲਾਮ ਅਲੈਕਮ ਜੀ, ਆਪਾਂ ਜਾਣਾ ਟਰੈਕਟਰ ਦੇ ਉੱਤੇ ਅੰਦਰ ਠੀਕ ਹੈ, ਔਰ ਇਹਨੇ ਸਹੀ ਬੈਠਾ, ਰਾਹ ਖਰਾਬ ਹੋਏ ਨੀ, ਚਲੋ ਬਿਸਮਿਲਲਾ। ਸਾਡੇ ਪਿੰਡ ਦਾ ਮੇਨ ਡਰਾਈਵਰ ਹੈ, ਠੀਕ ਹੈ, ਸਾਡੇ ਪਿੰਡ ਦਾ ਨਹੀਂ ਇਲਾਕੇ ਦਾ, ਸਾਡੇ ਦਾ ਮੰਨਿਆ ਤਰ ਮੰਨਿਆ ਡਰਾਈਵਰ ਹੈ ਉਸਤਾਦ ਮੋਸ਼ਨ, ਠੀਕ ਹੈ, ਅਤੇ ਤੁਸੀਂ ਸਾਡੇ ਇਲਾਕੇ 'ਚ ਕਿਸੇ ਨੂੰ ਵੀ ਪੁੱਛਣਾ ਉਸਤਾਦ ਮੋਸ਼ੀ ਕੋਲ ਜਾਣਾ ਹੈ, ਤੁਹਾਨੂੰ ਇਹਦੇ ਕੋਲ ਘੱਲ ਦੇਣਗੇ, ਠੀਕ ਹੈ। ਅਭੀ ਨਾ ਜਾਤੇ ਹੋਏ ਨਾ
ये मामू भी लगते हैं, तो ये ना ये जाते हुए ये वाली वहाँ के गए थे, फिर हमारे वाला भी ना बोने गए थे, तो अभी इधर ये सुहागा मारने वाला रह गया था, सुहागा मार के ना फिर ये भी वेले हो जाएंगे और हम भी वेले। ਜਿਹੜਾ ਨਾ ਆਪਾਂ ਜਾਣਾ ਸੀ ਅੱਜ ਵਾਢੀ, ਠੀਕ ਹੈ, ਅਤੇ ਘਰ ਦਿਆਂ ਕੋ ਗਾਲਾਂ ਬੇਸ਼ੁਮਾਰ ਪੈਣੀਆਂ। ਸਫੀਰ ਨੇ ਮੈਨੂੰ ਉਦੋਂ ਕਹਿ ਦਿੱਤਾ ਸੀ ਕਿ ਭਾਈ ਜੀ ਮਗਰਬ ਦੀ ਜਾਣ ਹੋ ਜਾਂਦੀ ਆ, ਅਤੇ ਵਾਕਈ ਜਾਣ ਹੋ ਗਿਆ ਸੀ, ਅੱਡੀ ਨੈਸ਼ ਅਤੇ ਕਲਹਿਣੀ ਜੀ ਵਾ ਕਿ ਸਾਨੂੰ ਇੱਥੇ ਹੀ ਸ਼ਾਮ ਦੀ ਜਾਣ ਹੋ ਗਈ ਆ। ਅੱਜ ਗਾਲ ਬਹੁਤ ਵਰਨੀਆਂ ਕਿ ਅਸੀਂ ਵਾਢੀ ਗਏ ਦੇ ਅਤੇ ਤੂੰ ਆਇਆ ਨਹੀਂ, ਠੀਕ ਹੈ, ਸਾਹਮਣੇ ਨਹੀਂ ਵੀ ਗਏ ਦੇ ਨੇ ਵਾਢੀ। ਹੁਣ ਬਸ ਇੱਥੋਂ ਵਿਹਲੇ ਹੋ ਗਏ ਅਤੇ ਫਿਰ ਚੱਲੀਏ ਪਿੰਡ, ਪਿੰਡ ਦੇ ਲਾਗੇ ਤੇ ਅਸੀਂ ਆ ਗਏ ਹਾਂ ਜੀ। ਮਗਰਬ ਦੀਆਂ ਜਾਣਾਂ ਸ਼ੁਰੂ ਹੋ ਗਈਆਂ ਨੇ ਅਤੇ ਅਸੀਂ ਸੋਚਿਆ ਕਿ ਕਿਉਂ ਨਾ ਹੋਊਗਾ ਜੀ ਉਹਨਾਂ ਕੋਲੋਂ, ਕਿਉਂਕਿ ਘਰ ਆ ਕੇ ਬੜੀ ਬਿਸਤੀ ਕਰਨੀ ਸੀ, ਠੀਕ ਹੈ। ਮੈਂ ਅਤੇ ਸਫੀਰ ਅਤੇ ਮਾਮੂ ਮੋਟਰਸਾਈਕਲ 'ਤੇ ਆਏ ਹਾਂ ਅਤੇ ਇਹ ਲੱਗੇ ਨੇ ਘਰ ਦੇ ਨਾ ਭਰੀਆਂ ਸ਼ਰੀਆਂ ਪਾਉਣ, ਠੀਕ ਹੈ। ਆਪਾਂ ਜਾ ਕੇ ਭਰੀਆਂ ਪਾਉਂਦੇ ਹਾਂ ਅਤੇ ਬੀਜਤੀ ਸੁਣਦੇ ਹਾਂ ਕੀ ਹੁੰਦੀ ਆ ਵੀ ਸਾਡੀ। ਚੱਲ